ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਡੀ ਨਿਊਜ਼ ਪੰਜਾਬ। ਮੈਂ ਤੁਹਾਡਾ ਦੋਸਤ ਅਤੇ ਹੋਸਟ ਦਿਲਬਾਗ ਜ਼ਖਮੀ। ਡੀ ਨਿਊਜ਼ ਪੰਜਾਬ 'ਤੇ ਅਸੀਂ ਤੁਹਾਨੂੰ ਅੱਜ ਇੱਕ ਅਜਿਹੇ ਪਰਿਵਾਰ ਦੀ ਕਹਾਣੀ ਸੁਣਾਉਣ ਜਾ ਰਹੇ ਹਾਂ ਜੋ ਗਰੀਬੀ ਦੇ ਨਾਲ ਨਾਲ ਇੱਕ ਭਿਆਨਕ ਬਿਮਾਰੀ ਦਾ ਸੰਤਾਪ ਹੰਢਾ ਰਿਹਾ ਹੈ। ਗੱਲ ਕਰਨ ਜਾ ਰਹੇ ਹਾਂ ਗਿੱਦੜਪਾਹਾ 'ਚ ਰਹਿੰਦੇ ਨੈਬ ਸਿੰਘ ਦੇ ਪਰਿਵਾਰ ਦੀ। ਕੀ ਹੈ ਪੂਰੀ ਕਹਾਣੀ ਔਰ ਕੀ ਨੇ ਉਸ ਪਰਿਵਾਰ ਦੇ ਅੱਜ ਦੇ ਹਾਲਾਤ, ਇਸ ਵੀਡੀਓ ਰਾਹੀਂ ਦੇਖੋ। ਔਰ ਇਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦਰਸ਼ਕਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਕਿਉਂਕਿ ਜੇ ਤੁਸੀਂ ਕਿਸੇ ਦੀ ਮਦਦ ਨਹੀਂ ਕਰ ਸਕਦੇ ਤਾਂ ਕਮ ਸੇ ਕਮ ਉਸਨੂੰ ਸ਼ੇਅਰ ਕਰੋ ਤਾਂ ਕਿ ਇਸ ਗਰੀਬ ਪਰਿਵਾਰ ਦੀ ਮਦਦ ਹੋ ਸਕੇ। ਇਹ ਤਸਵੀਰਾਂ ਗਿੱਦੜਬਾਹਾ ਦੇ ਨੈਬ ਸਿੰਘ ਦੇ ਘਰ ਦੀਆਂ ਨੇ ਅਤੇ ਇਹ ਮੰਜੇ 'ਤੇ ਪਿਆ ਸ਼ਖਸ ਨੈਬ ਸਿੰਘ ਹੈ। ਨੈਬ ਸਿੰਘ ਨੂੰ ਕੋਈ ਭਿਆਨਕ ਬਿਮਾਰੀ ਹੈ ਅਤੇ ਬਿਮਾਰੀ ਨੇ ਲਗਭਗ 9 ਮਹੀਨਿਆਂ ਤੋਂ ਲਗਾਤਾਰ ਨੈਬ ਸਿੰਘ ਨੂੰ ਮੰਜੇ ਨਾਲ ਜੋੜ ਕੇ ਰੱਖ ਦਿੱਤਾ ਹੈ। ਕੀ ਰੋ ਕੇ ਰਹੇ ਹੋ? ਮੇਰੇ ਪਾਪਾ ਬਿਮਾਰ ਹੈ। ਕਿੰਨਾ ਚਿਰ ਹੋ ਗਿਆ? 9 ਮਹੀਨੇ ਹੋ ਗਏ। ਨੈਬ ਸਿੰਘ ਦੇ ਦੋ ਪੁੱਤਰ ਅਤੇ ਦੋ ਧੀਆਂ ਹਨ। ਦੋਹਾਂ ਪੁੱਤਰਾਂ ਵਿੱਚੋਂ ਇੱਕ ਪੁੱਤਰ ਹੈਂਡੀਕੈਪਟ ਹੈ। ਘਰ ਵਿੱਚ ਅੱਤ ਦੀ ਗਰੀਬੀ ਹੈ, ਪਰਿਵਾਰ ਦੀ ਕਮਾਈ ਦਾ ਕੋਈ ਸਾਧਨ ਨਹੀਂ ਹੈ। ਨੈਬ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਹ ਆਂਢ ਗੁਆਂਢ ਚੋਂ ਮੰਗ ਕੇ ਗੁਜ਼ਾਰਾ ਕਰ ਰਹੇ ਨੇ। ਸਰ ਜੀ, ਮੇਰੇ ਘਰ ਵਾਲੇ ਨੂੰ ਬਹੁਤ ਟਾਈਮ ਹੋ ਗਿਆ ਬਿਮਾਰ ਹੋਏ ਨੂੰ, ਬਹੁਤ ਪੈਸਾ ਲਾਤਾ ਜੀ, ਭੈਣ ਭਰਾਵਾਂ ਨੇ ਵੀ ਲਾਤਾ ਜੀ, ਆਪ ਵੀ ਲਾਤਾ ਜੀ, ਪਰ ਠੀਕ ਨਹੀਂ ਹੋ ਰਹੇ। ਇਹਨਾਂ ਦਾ ਇਲਾਜ ਕਰਵਾਉਣਾ ਜ਼ਰੂਰੀ ਹੈ ਜੀ। ਹੁਣ ਤੱਕ ਪੈਸਿਆਂ ਦੀ ਗੱਲ ਕਰੀਏ, ਕਿੰਨੇ ਕੁ ਲੱਗ ਗਏ ਜੀ? 2 ਲੱਖ ਰੁਪਇਆ ਲਾਤਾ ਜੀ ਇਦੋਂ ਪਹਿਲਾਂ, ਥੋੜ੍ਹੇ ਥੋੜ੍ਹੇ ਨਾਲ। ਕਿੰਨਾ ਨੇ ਕੀਤੀ ਮਦਦ ਜਿਹੜੀ? ਮਦਦ ਕੁਛ ਭੈਣ ਭਰਾਵਾਂ ਨੇ ਕੀਤੀ, ਕੁਛ ਮੇਰੇ ਮੰਮੀ ਡੈਡੀ ਨੇ, ਕੁਛ ਮੈਂ ਖੁਦ ਪਹਿਲਾਂ ਫੈਕਟਰੀ 'ਚ ਲੱਗੀ ਸੀ, ਧਾਗਾ ਫੈਕਟਰੀ 'ਚ, ਪਰ ਹੁਣ 5 ਮਹੀਨੇ ਹੋ ਗਏ ਇਸ ਟਾਈਮ ਘਰੇ ਆ, ਮੈਂ ਕੁਛ ਨਹੀਂ ਕਰਦੀ। ਆਂਢ ਗੁਆਂਢ ਕੁਛ ਮਾੜਾ ਮੋਟਾ ਸੌਦਾ ਪੱਤਾ ਦੇ ਦਿੰਦੇ ਆ, ਭੈਣ ਭਰਾ ਮਾੜਾ ਮੋਟਾ ਸਹਾਰਾ ਲਵਾਉਂਦੇ ਆ ਜੀ, ਹੁਣ ਇਸ ਟਾਈਮ ਕੁਛ ਨਹੀਂ ਕਰਦੀ, ਮੈਂ ਨਾ ਛੱਡ ਕੇ ਜਾਣ ਜੋਗ ਰਹੀ ਹਾਂ ਜੀ ਕਿਤੇ। ਸਾਡਾ ਮਕਸਦ ਕਿਸੇ ਦੀ ਗੁਰਬਤ ਦਾ ਦਿਖਾਵਾ ਕਰਨਾ ਨਹੀਂ ਹੈ। ਅਸੀਂ ਆਪਣੇ ਦਾਨੀ ਸੱਜਣਾਂ ਨੂੰ ਇਸ ਵੀਡੀਓ ਰਾਹੀਂ ਘਰ ਦੇ ਹਾਲਾਤ ਦਿਖਾਉਣਾ ਚਾਹੁੰਦੇ ਹਾਂ। ਸਾਡੀ ਬੇਨਤੀ ਹੈ ਕਿ ਸਕਰੀਨ ਉੱਪਰ ਚੱਲ ਰਹੇ ਨੰਬਰ 'ਤੇ ਫੋਨ ਕਰਕੇ ਤੁਸੀਂ ਨੈਬ ਸਿੰਘ ਦੇ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ। ਬਸ ਇਸ ਕਰਕੇ ਪਰੇਸ਼ਾਨ ਆ ਜੀ ਬਹੁਤ ਜ਼ਿਆਦਾ, ਬਸ ਇਹਨਾਂ ਨੂੰ ਵੀ ਭਰਤੀ ਕਰਵਾ ਦਿਓ, ਇਲਾਜ ਕਰਵਾ ਦਿਓ ਇਹਨਾਂ ਦਾ। ਡਾਕਟਰਾਂ ਨੇ ਕੁਝ ਦੱਸਿਆ ਕਿੰਨੇ ਪੈਸੇ ਇਹਨਾਂ ਦੇ ਇਲਾਜ 'ਤੇ ਖਰਚ ਹੋਣਗੇ ਜਾਂ ਕੀ? ਡਾਕਟਰ ਜੀ ਹੁਣ ਉਹਨਾਂ ਨੇ ਰਿਪੋਰਟ ਭੇਜੀ ਜੀ, ਕਹਿੰਦੇ ਉਦੋਂ ਬਾਅਦ ਇਲਾਜ ਦੱਸਾਂਗੇ ਕਹਿੰਦੇ, ਅਤੇ ਉਦੋਂ ਬਾਅਦ ਹੀ ਪਤਾ ਲੱਗੂਗਾ ਜੀ ਇਹਨਾਂ ਦੇ ਗੁਰਦੇ 'ਤੇ ਗੰਢ ਹੈਗੀ, ਸਾਨੂੰ ਕੁਛ ਰਾਹ ਨਹੀਂ ਪਾਉਂਦੇ ਗੇ। ਕਿਸ ਤਰ੍ਹਾਂ ਦੀ ਮਦਦ, ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਇਹਨਾਂ ਨੂੰ? ਮਦਦ ਬਸ ਜੀ ਇਹਨਾਂ ਨੂੰ ਇਲਾਜ ਵਧੀਆ ਹੋਵੇ, ਬਸ ਮੇਰੇ ਬੱਚਿਆਂ ਮਾੜੇ ਬਾਰੇ ਮਾੜਾ ਮੋਟਾ ਵੀ ਬਸ ਧਿਆਨ ਹੋਵੇ, ਮੇਰਾ ਪਤੀ ਮੰਜੇ 'ਚੋਂ ਖੜਾ ਵੀ ਰਲ ਮਿਲ ਕੇ ਕੀਤਾ ਜਾਵੇ। ਪਹਿਲਾਂ ਜਦੋਂ ਇਹ ਠੀਕ ਸੀਗੇ ਉਸ ਕਿਸ ਤਰ੍ਹਾਂ ਚੱਲਦਾ ਸੀ ਗੁਜ਼ਾਰਾ? ਵਧੀਆ ਚੱਲਦਾ ਸੀਗਾ ਜੀ, ਵਧੀਆ ਜਾਂਦੇ ਸੀ, ਸੁਬਹਾ ਸ਼ਾਮ ਨੂੰ ਘਰ ਆਉਂਦੇ ਸੀਗੇ, ਵਧੀਆ ਘਰ ਦਾ ਖਰਚਾ ਲੈ ਕੇ ਆਉਂਦੇ ਸੀ, ਵਧੀਆ ਦਿਹਾੜੀ ਕਰਦੇ ਸੀਗੇ। ਹੁਣ ਹੁਣ ਕੀ ਪੋਜੀਸ਼ਨ ਹੈ ਘਰ ਦੀ? ਹੁਣ ਤਾਂ ਜੀ ਬਹੁਤ ਮਾੜੀ ਹੈ, ਹੁਣ ਤਾਂ ਪੁੱਛੋ ਹੀ ਨਾ ਜੀ, ਹੁਣ ਤਾਂ ਆਂਢ ਗੁਆਂਢ ਤੋਂ ਮੰਗ ਮੰਗ ਗੁਜ਼ਾਰਾ ਕਰਦੇ ਜੀ। ਰਿਸ਼ਤੇਦਾਰ ਕੋਈ ਹੁਣ ਜਿਹੜੇ ਤੁਹਾਡੇ ਕੋਈ ਹੋਰ? ਕੋਈ ਨਹੀਂ ਹੁੰਦਾ ਜੀ ਮੇਰੇ ਕੋਲੇ, ਸਭ ਨੇ ਸਾਥ ਛੱਡਤਾ ਜੀ, ਇਦੋਂ ਪਹਿਲਾਂ ਸਭ ਨੇ ਸਾਥ ਦਿੱਤਾ ਸੀਗਾ ਜੀ, ਖੁਦ ਮੇਰੇ ਭੈਣ ਭਰਾਵਾਂ ਨੇ ਵੀ ਬਸ ਫੋਨ ਲਾ ਕੇ ਜ਼ਰੂਰ ਪੁੱਛਦੇ ਆ, ਪਰ ਉਹ ਕਹਿੰਦੇ ਅਸੀਂ ਹੁਣ ਕੁਛ ਦੇ ਨਹੀਂ ਸਕਦੇ।
ਅਤੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਇਹਨਾਂ ਦਾ ਬੈਂਕ ਖਾਤਾ ਨੰਬਰ ਹੈ ਅਤੇ ਉਸ ਰਾਹੀਂ ਤੁਸੀਂ ਇਸ ਪਰਿਵਾਰ ਦੀ ਮਦਦ ਵੀ ਕਰ ਸਕਦੇ ਹੋ। ਸਾਡੀ ਬੇਨਤੀ ਹੈ ਕਿ ਤੁਸੀਂ ਮਦਦ ਨਹੀਂ ਕਰ ਸਕਦੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਟਸਐਪ ਗਰੁੱਪਾਂ 'ਚ ਸ਼ੇਅਰ ਕਰੋ ਤਾਂ ਕਿ ਇਸ ਪਰਿਵਾਰ ਦੀ ਜਲਦੀ ਤੋਂ ਜਲਦੀ ਮਦਦ ਹੋ ਸਕੇ। ਮੇਰੇ ਡੈਡੀ ਬਿਮਾਰ ਹੈ, ਮੇਰੇ ਡੈਡੀ ਠੀਕ ਹੋ ਜਾਣ। ਪੜ੍ਹਦੇ ਹੋ ਤੁਸੀਂ? ਹਾਂਜੀ। ਕਿਹੜੀ ਕਲਾਸ 'ਚ? ਪਲੱਸ 2। ਕਿਸ ਤਰ੍ਹਾਂ ਦੀ ਮਦਦ ਹੋਣੀ ਚਾਹੀਦੀ ਤੁਹਾਡੇ ਲਈ? ਪੈਸਿਆਂ ਦੀ ਕਰ ਸਕੋ। ਕਿੰਨਾ ਚਿਰ ਹੋ ਗਿਆ ਬਿਮਾਰ ਹੋਏ? 9 ਮਹੀਨੇ ਹੋ ਗਏ। ਤੇ ਘਰ ਦਾ ਖਰਚਾ ਕਿਵੇਂ ਚੱਲਦਾ? ਬਸ ਮਾੜਾ ਮੋਟਾ ਚੱਲਦਾ। ਮੇਰੇ ਪਾਪਾ ਬਿਮਾਰ ਹੈ। ਕਿੰਨਾ ਚਿਰ ਹੋ ਗਿਆ? 9 ਮਹੀਨੇ ਹੋ ਗਏ। ਬਹੁਤ ਮੁਸ਼ਕਿਲ ਆ। ਘਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਕਿ ਨਹੀਂ? ਨਹੀਂ। ਕੀ ਹੋਣਾ ਚਾਹੀਦਾ ਤੁਹਾਡੇ ਪਾਪਾ ਦਾ? ਦੋਸਤੋ, ਵਾਕਿਆ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਅੱਖਾਂ 'ਚ ਪਾਣੀ ਆ ਜਾਂਦਾ ਹੈ। ਮੇਰੀ ਸਾਡੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦਾਨੀ ਸਾਜਨਾਂ ਤੱਕ ਪਹੁੰਚਾਓ ਤਾਂ ਕਿ ਇਸ ਪਰਿਵਾਰ ਦੀ